लो जी इधर बैठे है जी, सज्जे हाथ चौधरी मोहम्मद सदीक साहब। इन्हां दा पिंड हुशियारपुर च है। मैं अगर रिकॉर्डिंग इन्हां दी कीती तो मेरे को ना वह रिकॉर्डिंग खराब हो गई, उहदी लाइट सही नहीं सी, वो मैं ला नहीं सकिया। उन्हां दे नाल हैगे आ चौधरी नियाज मोहम्मद पट्टी जट पट्टी, यह चौधरी नज़ीर साहब है। तुसीं अंबरसरी है जी? अंबरसरियां तो डर भी लगता। ਇਹ ਪਿੱਛੇ ਗੁਰਦਾਸਪੁਰੀਏ ਬੈਠੇ ਆ। ਇਹ ਗੁਰਦਾਸਪੁਰੀਏ ਅਤੇ ਅੰਮ੍ਰਿਤਸਰੀਏ ਜਿਹੜੇ ਨਾ ਇਹ ਰਲਦੇ ਮਿਲਦੇ ਆ ਬੰਦੇ। ਇਹ ਹੁਸ਼ਿਆਰਪੁਰੀਏ ਨਾ ਇਹਨਾਂ ਤੋਂ ਜ਼ਰਾ ਕਿੱਦਾਂ ਕੀ ਸੋਚ ਰੱਖਦੇ ਅੰਮ੍ਰਿਤਸਰੀਆਂ ਬਾਰੇ ਤੁਸੀਂ ਦੱਸੋ ਖਾਨ ਸਾਹਿਬ ਜ਼ਰਾ। ਹੈਂ ਸਹੀ ਸਹੀ ਹੁਣ ਦਿਲ ਦੀ ਗੱਲ ਕਰ, ਅੰਮ੍ਰਿਤਸਰੀਆਂ ਦੇ ਬਾਰੇ ਕਿੱਦਾਂ ਬਚ 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 ਕੇ ਇਹਨਾਂ ਤੋਂ ਮਤਲਬ ਲੰਘਦੇ ਸੀ ਨਾ ਪਹਿਲੇ ਲੋਕ। ਹੁਸ਼ਿਆਰਪੁਰ ਜਲੰਧਰ ਵਾਲੇ ਅਸੀਂ ਤਾਂ ਬਹੁਤ ਡਰਦੇ, ਕਹਿੰਦੇ ਜਦੋਂ ਇਹ ਕਣਕ ਬੀਜਦੇ ਹੁੰਦੇ ਸੀ ਅਤੇ ਕਣਕ ਦੇ ਫਿਰ ਵੱਢ ਲੈਣੀ ਇਹਨਾਂ ਨੇ ਅਤੇ ਗਾ ਲੈਣੀ ਅਤੇ ਉਦੋਂ ਇਹ ਨਾਲ ਨਾਲ ਸੋਚੀ ਜਾਣਾ ਵੀ ਐਤਕੀ ਬੰਦਾ ਕਿਹੜਾ ਮਾਰਨਾ। ਇਹ ਅੰਮ੍ਰਿਤਸਰੀਆਂ ਦੇ ਬਾਰੇ ਇਹ ਸੀ ਵੀ ਇਹ ਫਿਰ ਕਚਹਿਰੀ ਵੱਲੋਂ ਇਹਨਾਂ ਦਾ ਰੁੱਖ ਹੋ ਜਾਂਦਾ ਸੀ ਕਣਕਾਂ ਚੁੱਕ ਕੇ। ਹੁਣ ਤਾਂ ਖੈਰ ਫਿਰ ਸਾਡੇ 'ਚ ਰਹਿ ਕੇ ਕੋਈ ਸਮਝਦਾਰ ਹੋ ਗਿਆ। ਅਤੇ ਗੁਰਦਾਸਪੁਰੀਏ ਜਿਹੜੇ ਆ ਇਹ ਇਹਨਾਂ ਦੇ ਨਾਲ ਇੱਕ ਇਹ ਲੱਗਦੇ ਲਗਾਉਂਦੇ ਵੀ ਥੋੜ੍ਹਾ ਜਿਹਾ ਨਾ ਇਹ ਲਗਾ ਖਾਂਦੇ। ਹੁਸ਼ਿਆਰਪੁਰੀਏ ਮੇਰੇ ਖਿਆਲ ਛੇਤੀ ਕੀਤੇ ਇਹਨਾਂ ਦੇ ਨੇੜੇ ਨਹੀਂ ਲੱਗਦੇ ਦੋਨਾਂ ਦੇ, ਹੈ ਨਾ? ਰਿਸ਼ਤੇਦਾਰੀਆਂ ਤਾਂ ਬਿਲਕੁਲ ਨਹੀਂ ਸੀ ਕਰਦੇ। ਅੱਛਾ ਜਿੱਦਾਂ ਅਸੀਂ ਸਮਝਦੇ ਹਾਂ ਸਾਨੂੰ ਵੀ ਇੱਦਾਂ ਹੀ ਸਮਝਦੇ ਆ ਵੀ ਅਸੀਂ ਸਮਝੀਏ ਵੀ ਅਸੀਂ ਬੜੇ ਚੰਗੇ ਹਾਂ। ਇਹ ਵੀ ਕਹਿੰਦੇ ਹੋਣੇ ਵੀ ਆਮ ਤੌਰ 'ਤੇ ਮੈਂ ਸੁਣਿਆ ਜਿਹੜੇ ਅੰਮ੍ਰਿਤਸਰੀਏ ਜਾਂ ਗੁਜਰਾਤੀਏ ਆ ਜਾਂ ਦੂਸਰੇ ਆ ਉਹ ਜੇ ਕੋਈ ਜੱਟ ਹੈ ਹੁਸ਼ਿਆਰਪੁਰ ਦਾ ਤਾਂ ਉਹ ਕਹਿੰਦੇ ਯਾਰ ਇਹ ਕਾਹਦੇ ਜੱਟ ਹੈ, ਜੇ ਕੋਈ ਗੁੱਜਰ ਹੈ ਗੁਜਰਾਤੀ ਆ ਉਹ ਕਹਿੰਦਾ ਲਾ ਹੁਸ਼ਿਆਰਪੁਰ ਵਾਲੇ ਕਹਦੇ ਗੁੱਜਰ ਹੋਣੇ, ਉਹ ਇਹ ਤਾਂ ਇੱਦਾਂ ਹੀ ਆ ਬਸ। ਹਾਂਜੀ ਹਾਂਜੀ ਕਰਨ ਵਾਲੇ। ਅੱਛਾ ਇਹ ਤਾਂ ਅਸੀਂ ਇਬਤਦਾ ਨਾ ਜੀ ਸਾਡੀ ਮੁਕਤਸਰ ਗੱਲ ਹੈ ਅਤੇ ਹੁਣ ਬੈਠੇ ਹਾਂ ਅਸੀਂ 304 TDA ਤਹਿਸੀਲ ਕਰੋੜ ਜ਼ਿਲ੍ਹਾ ਲਈਆ 'ਚ, ਇੱਦਾਂ ਹੀ ਆ ਜੀ। ਅਤੇ ਦੇਖ ਲਓ ਕਿ ਕਿੱਦਾਂ ਚਾਰ ਜ਼ਿਲ੍ਹਿਆਂ ਦੇ ਲੋਕ ਹੈ ਅਤੇ ਇਕੱਠੇ ਕਿੱਥੇ ਹੋਏ ਆ ਗਏ ਜੀ ਸੱਸੀ ਦੇ ਥਲਾਂ 'ਚ। ਇਹ ਕੁਦਰਤ ਦੇ ਦੇਖ ਲਓ ਵੀ ਕੈਸੇ ਕੈਸੇ ਕੁਦਰਤ ਦੇ ਨਜ਼ਾਰੇ ਹੈ। ਬੰਦੇ ਕਿੱਥੋਂ ਦੇ ਬਾਪ ਮਾਂ ਬਾਪ ਕਿੱਥੋਂ ਦੇ ਕਿੱਥੋਂ ਕਿੱਥੋਂ ਘੁੰਮ ਕੇ ਆ ਕੇ ਅਤੇ ਆ ਕੇ ਇੱਥੇ ਬੈਠੇ ਹੈਂ। ਪੈਦਾਇਸ਼ ਦੀ ਮਿੱਟੀ ਕਿੱਥੇ ਦੀ ਅਤੇ ਗਾਂਹ ਅੱਲਾ ਤਾਰਾ ਸਾਰਿਆਂ ਨੇ ਗਾਂਹ ਅਗਲੇ ਸਫ਼ਰ 'ਤੇ ਜਾਣਾ ਅਤੇ ਗਾਂਹ ਪਤਾ ਨਹੀਂ ਦੇਖੋ ਕਿੱਥੇ ਆ ਕੇ ਢੇਰੀ ਨਸੀਬ ਹੁੰਦੀ ਬੰਦੇ ਨੂੰ ਹੈਂ। ਹਾਂ ਅੱਬਾ ਜੀ ਦੀ ਕਬਰ 'ਤੇ ਮੈਂ ਨਾ ਜੀ ਉਹ ਫੌਤ ਹੋਏ ਤਾਂ ਸ਼ੇਰ ਆ ਲਿਖਿਆ ਆਪੇ ਹੀ ਲਿਖਿਆ ਸੀ, ਵਾਹ ਨਹੀਂ ਮਿੱਟੀ ਹੈ ਜੀਣ ਜੋਗੀ ਹੈ ਵਾਹ ਨਹੀਂ ਤੇਰੇ ਕਮਾਲ, ਕਿੱਥੇ ਜੰਮੇ ਕਿੱਥੇ ਪਾਲੇ ਕਿੱਥੇ ਕਰੇ ਵਿਸਾਲ, ਕਿੱਥੇ ਜੰਮਦੀ ਹੈ ਕਿੱਥੇ ਪਾਲਦੀ ਹੈ ਉਹ ਡਿਜਕੋਟ ਪਲੇ ਆ ਕੇ ਸਮੁੰਦਰੀ ਦੇ ਕੋਲ ਹੈਂ ਅਤੇ ਉੱਥੇ ਪਲੇ ਅਤੇ ਆ ਕੇ ਇੱਥੇ ਫਟੇਰੀ ਬਣੀ। ਇਹ ਕੁਦਰਤ ਦੇ ਕੈਸੇ ਨਜ਼ਾਰੇ ਹੈਂ। ਅੱਛਾ ਪਹਿਲੇ ਚੌਧਰੀ ਸਦੀਕ ਸਾਹਿਬ ਤੋਂ ਸ਼ੁਰੂ ਕਰਦੇ ਹਾਂ ਅਸੀਂ ਵੀ ਤੁਸੀਂ ਦੱਸੋ ਵੀ ਤੁਹਾਡਾ ਪਿੰਡ ਕਿਹੜਾ ਸੀ? ਸਾਡਾ ਕਾਲਿਆਲ ਪਿੰਡ ਕਾਲਿਆਲ, ਇਹ ਤਹਿਸੀਲ ਹੈ ਗੜ ਸ਼ੰਕਰ, ਤਹਿਸੀਲ ਗੜ ਸ਼ੰਕਰ ਹੈ ਠਾਣਾ ਮਾਲਪੁਰ, ਮਾਲਪੁਰ ਠਾਣਾ ਬੜਾ ਮੈਂ ਸੁਣਿਆ, ਮੇਰੇ ਇੱਕ ਦੋਸਤ ਹੈ ਇਕਬਾਲ ਮਾਲਪੁਰ ਕਨੇਡਾ ਹੁੰਦੇ ਆ, ਬੜਾ ਬੜਾ ਕੰਮ ਹੈ ਉਹਨਾਂ ਦਾ। ਅੱਛਾ ਤੁਸੀਂ ਠਾਣੇ ਮਾਲਪੁਰ ਸੀ ਪਿੰਡ, ਹਾਂਜੀ ਕਿੰਨੇ ਘਰਾਂ ਦਾ ਪਿੰਡ ਸੀ? ਵਾਹ ਮਤਲਬ 100 ਤੋਂ ਉੱਤੇ ਸੀ ਘਰ, ਬਹੁਤਾ ਜੀ ਬਹੁਤਾ। ਤੇ ਕੌਣ ਮੁਸਲਮਾਨ ਸੀ ਸਾਰੇ ਜਾਂ ਹਿੰਦੂ ਸਿੱਖ ਵੀ ਸੀ? ਸਿੱਖ ਵੀ ਸੀ, ਸਿੱਖ ਹੈਗੇ ਸੀ, ਬਾਈ ਕਰਨ ਵਾਲੇ ਸਿੱਖ ਸੀਗੇ, ਬਾਈ ਕਰਦੇ ਸੀ, ਬਾਈ ਕਰਦੇ ਸੀ। ਅੱਛਾ 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 ਕੋਈ ਉਹਨਾਂ ਦੀ ਜਿੱਦਾਂ ਹੁੰਦੇ ਆ ਕੌਮਾਂ ਹੁੰਦੀਆਂ ਉਹਨਾਂ 'ਚ ਵੀ ਜੱਟ ਸਿੱਖ ਵੀ ਹੁੰਦੇ ਸੀ, ਖੱਤਰੀ ਵੀ ਹੁੰਦੇ ਸੀ, ਦੁਕਾਨਦਾਰ ਅਤੇ ਫਿਰ ਜਿਹੜੇ ਕੰਮ ਕਰਦੇ ਸੀ ਨਾਲ ਸਾਡੇ, ਹਾਂਜੀ ਉਹ ਵੀ ਹੁੰਦੇ ਸੀ ਹੈਂ, ਜੁੜੇ ਵੀ ਹੁੰਦੇ, ਹਾਂ ਜਿਹੜੇ ਕੰਮ ਸੀ ਨਾਲ ਕੰਮ ਕਰਾਉਂਦੇ ਸੀ। ਅੱਛਾ ਅੱਛਾ ਤੁਹਾਨੂੰ ਨਾਂ ਯਾਦ ਹੈ ਕਿਸੇ ਦੇ ਉਹਨਾਂ 'ਚੋਂ? ਇੱਕ ਦੋ ਦੇ ਯਾਦ ਆ। ਦੱਸਿਓ ਤਾਂ ਕੀ ਸੀ ਨਾਂ ਉਹਨਾਂ ਦਾ? ਇੱਕ ਨਾਂ ਮਲੂਕ ਸਿਉਂ ਸੀ, ਮਲੂਕ ਸਿਉਂ, ਹਾਂਜੀ ਹਾਂ। ਇੱਕ ਨਾਂ ਨਾਮਾ ਸੀ, ਨਾਮਾ, ਇੱਕ ਨਾਂ ਤੋਤਾ ਸੀ, ਤੋਤਾ ਵੀ ਸੀ ਹੈਂ, ਇੱਕ ਸਾਰੋ ਸਾਰੋ ਸਾਡੇ ਸੀ ਲੰਬੜਾਂ ਦਾ। ਅੱਛਾ ਲੰਬੜਾਂ ਦਾ ਸਾਰੋ, ਇਹ ਕਾਲੇ ਕਾਲੇ ਆਲ 'ਚ, ਹਾਂਜੀ ਠੀਕ ਹੈ ਠੀਕ ਹੈ। ਅਤੇ ਤੁਹਾਡੀ ਉਮਰ ਕਿੰਨੀ ਸੀਗੀ ਉਦੋਂ ਜਦੋਂ ਉਜਾੜੇ ਪਏ? 6.5 ਸਾਲ, 6.5 ਸਾਲ ਸੀ ਹੈ, ਨਹੀਂ ਗੱਲ ਕਰਦੇ ਸੁਰਤ ਸੀਗੀ, ਫਿਰ ਗਾਂਹ ਅੱਗੇ ਤੋਂ ਅੱਗੇ ਗੱਲਾਂ ਹੁੰਦੀਆਂ ਰਹਿੰਦੀਆਂ ਫਿਰ ਬੰਦੇ ਨੂੰ ਯਾਦ ਰਹਿੰਦਾ। ਹਾਂਜੀ ਹਾਂਜੀ ਪਿੰਡ 'ਚ ਨੰਬਰਦਾਰ ਕਿੰਨੇ ਸੀ? ਇੱਕੋ ਹੀ, ਇੱਕੋ ਹੀ ਮੁਸਲਮਾਨਾਂ 'ਚ ਸੀ ਜਾਂ ਨਹੀਂ ਸਿੱਖਾਂ? ਅੱਛਾ ਉਹ ਜਿਹੜਾ ਸਾਰੋ ਸਾਰੋ ਦਾ ਬਾਲਗ, ਹਾਂਜੀ ਇਕੱਲਾ ਹੀ ਪੁੱਤ ਸੀ।
ਇਹ ਜੱਟ ਸਿੱਖ ਸੀਗੇ ਕਿ ਕੀ ਕਹਾਉਂਦੇ ਸੀ ਉਹ? ਜੱਟ ਸਿੱਖ, ਜੱਟ ਸਿੱਖ ਸੀਗੇ ਹੈਂ। ਠੀਕ ਠੀਕ ਠੀਕ, ਚੰਗਾ ਆਪਸ ਸਲੂਕ ਸੀ ਮੁਸਲਮਾਨਾਂ ਦਾ ਤੇ ਇਹਨਾਂ ਦਾ? ਬਹੁਤ ਹੀ ਚੰਗਾ, ਬਹੁਤ ਹੀ ਚੰਗਾ। ਤੁਹਾਡੇ ਗੁਜਰਾਂ ਦੇ ਕਿੰਨੇ ਘਰ ਸੀ ਉੱਥੇ? ਗੁਜਰਾਂ ਦੇ ਸੀਗੇ ਕੋਈ 10 ਘਰ, ਕੋਈ ਧੋਬਿਆਂ ਦੇ ਸੀਗੇ 15 ਕੁ ਘਰ। ਅੱਛਾ। ਤੇਲੀਆਂ ਦਾ ਘਰ ਵੀ ਸਦਾ। ਅੱਛਾ। ਇੱਕ ਲਾੜੀਆਂ ਦਾ ਘਰ ਵੀ ਸਦਾ, ਕੱਪੜੇ ਰੰਗ ਦੇ, ਕੱਪੜੇ ਰੰਗ ਦੇ ਸੀ। ਹਾਂ ਹਾਂ, ਚੁੰਨੀ ਰੰਗ ਦੇ ਲਲਾਰੀਆ ਮੇਰੀ ਮਾਈ ਦੀ ਪੱਗ ਵਰਗੀ ਹੈ, ਕਿਸੇ ਨੇ ਬੋਲੀ ਪਾਈ ਨੂੰ ਕੁੜੀ ਨੇ, ਚੁੰਨੀ ਰੰਗ ਦੇ ਲਲਾਰੀਆ ਮੇਰੀ ਮਾਈ ਦੀ ਪੱਗ ਵਰਗੀ ਹੈ। ਅੱਛਾ, ਲਲਾਰੀ ਹੁੰਦੇ ਸੀਗੇ ਜੀ। ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਰਹਿਮਤ ਅਲੀ। ਰਹਿਮਤ ਅਲੀ ਨਾਂ ਸੀ, ਠੀਕ ਹੈ। ਦਾਦੇ ਦਾ? ਨੰਗਾਈਆ। ਦਾਦਾ ਉਦੋਂ ਜਿੰਦਾ ਸੀ ਜਦੋਂ ਤੁਸੀਂ ਇੱਧਰ ਆਏ? ਹਾਂਜੀ ਹਾਂਜੀ, ਸਾਡਾ ਬਾਪ ਵੀ ਜਿੰਦਾ ਸੀ, ਦਾਦਾ ਵੀ ਜਿੰਦਾ ਸੀ। ਵਾਹ ਵਾਹ। ਦਾਦੀ ਵੀ ਜਿੰਦੀ ਸੀ। ਵਾਹ ਵਾਹ ਵਾਹ। ਅੱਛਾ, ਤੇ ਮਾਸਟਰ ਦਾ ਕਿਸੇ ਦਾ ਨਾਂ ਯਾਦ ਆ? ਪਿੰਡ 'ਚ ਸਕੂਲ ਹੈਗਾ ਸੀ ਇੱਥੇ ਕਾਲਿਆ? ਹਾਂ। ਨਹੀਂ, ਮੈਨੂੰ ਨਹੀਂ ਯਾਦ ਸਕੂਲ ਨਹੀਂ। ਤੁਹਾਡੇ ਹਾਣੀਆਂ 'ਚੋਂ ਕਿਸੇ ਦਾ ਨਾਂ ਯਾਦ ਹੈ ਮੁੰਡਿਆਂ 'ਚ, ਬੱਚਿਆਂ 'ਚ? ਅਸੀਂ ਸਕੂਲੇ ਹੀ ਨਹੀਂ ਗਏ, ਸਕੂਲੇ ਗਏ ਹੀ ਨਹੀਂ ਉਦੋਂ। ਛੋਟੇ ਛੋਟੇ। ਆਲੇ ਦੁਆਲੇ ਪਿੰਡ ਕਿਹੜੇ ਸੀ ਤੁਹਾਡੇ? ਆਲੇ ਦੁਆਲੇ ਸਾਡਾ ਵੀ ਭੁੱਲਿਆ ਸੀ, ਭੁੱਲਿਆਲ। ਤੁਹਾਡਾ ਪਿੰਡ ਇਹ ਭੁੱਲਿਆਲ ਵਾਲੇ? ਹਾਂ, ਭੁੱਲਿਆਲ ਰਾਠਾ। ਹਾਂਜੀ। ਇਹ ਤੁਹਾਡੇ ਕਿੰਨਾ ਕੁ ਦੂਰ ਸੀ ਤਕਰੀਬਨ? ਇਹ ਬਸ ਇੰਨਾ ਕੁ ਫਰਕ ਸੀਗਾ ਜਿੱਦਾਂ ਇੱਥੋਂ ਫਤਿਹਪੁਰ, ਫਤਿਹਪੁਰ 7-8 ਕਿਲੋਮੀਟਰ। ਵਾਹ। ਅੱਛਾ, ਹੋਰ? ਚਾਂਸੂ ਵੀ ਸੀਗਾ। ਚਾਂਸੂ? ਹਾਂਜੀ, ਠੀਕ ਹੈ। ਢੱਕੋਂ ਵੀ ਸੀਗੀ। ਢੱਕੋਂ ਵੀ? ਅੱਛਾ, ਇਹ ਨਾਲ ਨਾਲ ਪਿੰਡ ਸੀਗੇ? ਨਾਲ ਨਾਲ ਪਿੰਡ ਸੀਗੇ। ਠੀਕ। ਸਿੰਘਪੁਰ ਵੀ ਸੀਗਾ? ਸਿੰਘਪੁਰ ਵੀ ਸੀ, ਠੀਕ ਠੀਕ। ਪਿੰਡਾਂ ਦਾ ਮੈਨੂੰ ਪਤਾ। ਹਾਂ ਹਾਂ, ਗੜਸ਼ੰਕਰ ਦੂਰ ਸੀ ਸਾਡੇ ਗੁਆਂਢੀ ਆ। ਇਹ ਦੇਖੋ ਜੀ, ਅਸੀਂ ਪਤਾ ਲੱਗਿਆ, ਸਾਨੂੰ ਪਤਾ ਲੱਗਿਆ, ਫਿਰ ਤੁਹਾਨੂੰ ਮਿਲਾਇਆ ਅਸੀਂ। ਹੈ ਹਾਂ, ਨੇੜੇ ਦੇ ਹੈ। ਹਾਂਜੀ, ਠੀਕ। ਤੁਹਾਨੂੰ ਪਹਿਲੇ ਉਦੋਂ ਪਤਾ ਸੀ ਵੀ ਲਾਗੇ ਲਾਗੇ ਪਿੰਡ ਸਾਡੇ? ਇਹਨਾਂ ਨੂੰ ਬਹੁਤਾ ਪਤਾ ਮੇਰੇ ਨਾਲ, ਇਹਨਾਂ ਨੂੰ ਜ਼ਿਆਦਾ ਪਤਾ। ਅੱਛਾ, ਇਹ ਫਿਰ ਤੁਸੀਂ ਤਾਂ ਪਹਿਲੇ ਦੇ ਆ ਗਏ? ਮਾਜਰ ਨੇ ਨਾ। ਤੁਸੀਂ ਪਹਿਲੇ ਆ ਗਏ? ਮਾਜਰ ਆਏ, ਮੈਂ ਮਾਜਰ ਨੇ। ਤੁਸੀਂ ਆਬਾਦਕਾਰ ਹੈ, ਤੁਹਾਡੇ ਬਜ਼ੁਰਗਾਂ ਨੇ ਪਹਿਲੇ ਜ਼ਮੀਨਾਂ ਲੈ ਲਈਆਂ ਜਿੱਦਾਂ ਥਲ 'ਚ ਲਈਆਂ ਹੈਂ। ਅੱਛਾ ਅੱਛਾ, ਅਤੇ ਫਿਰ ਜਦੋਂ ਪਿੰਡ 'ਚੋਂ ਲੋਕ ਨਿਕਲੇ ਆ, ਤੁਰੇ ਆ, ਉਦੋਂ ਕੀ ਸਮਾਂ ਸੀ, ਕਿੱਦਾਂ ਦੇ ਹਾਲਾਤ ਰਹੇ? ਉਦੋਂ ਜੀ ਮੈਂ ਤਾਂ ਸਾਡੀ ਮਾਈ ਸੀਗੇ ਨਾਨਕਿਆਂ ਦੇ। ਨਾਨਕਿਆਂ ਦੇ? ਇਹ ਰਾਤ ਨੂੰ ਨਿਕਲੇ ਆ। ਅੱਛਾ, ਅਤੇ ਕੀ ਦੱਸਦੇ ਕਿੱਦਾਂ ਹਾਲਾਤ ਰਹੇ? ਹਾਲਾਤ ਭੈੜੇ ਰਹੇ ਆ ਜੀ, ਮੇਰਾ ਮਤਲਬ ਦਾ ਇੰਨਾ ਕੁ ਸੀਗਾ। ਹਾਂ, ਜਾਣੀ ਕੈਂਪ ਦੇ ਨਜ਼ਦੀਕ ਸਿੱਖ ਛੱਡ ਗਿਆ ਜੀ ਤੁਹਾਨੂੰ, ਪਿੰਡ ਦੇ ਸਿੱਖ ਹਿਫਾਜ਼ਤ ਨਾਲ ਛੱਡ ਗਏ? ਹਾਂਜੀ, ਤੁਹਾਡੇ ਪਿੰਡ ਵਾਲਿਆਂ ਬੰਦਿਆਂ ਨੂੰ ਜੀ ਆ। ਕੈਂਪ? ਕੈਂਪ ਕੈਂਪ ਕਿੱਥੇ ਸੀ? ਕੈਂਪ ਸੀਗਾ ਕਮਾਲਪੁਰ। ਕਮਾਲਪੁਰ ਕੈਂਪ ਸੀ? ਅੱਛਾ, ਉਦੋਂ ਕੈਂਪ ਪਹੁੰਚਣ ਤੱਕ ਕੋਈ ਗੜਬੜ ਨਹੀਂ ਹੋਈ? ਕੋਈ ਨਹੀਂ। ਅਤੇ ਕੈਂਪ 'ਚ ਫਿਰ? ਕੈਂਪ 'ਚ ਤਾਂ ਫਿਰ ਇੱਦਾਂ ਹੀ ਆ, ਕੋਈ ਜਿੱਦਾਂ ਕਹਿੰਦੇ ਹੁੰਦੇ ਜਦੋਂ ਮਿਲ ਗਈ ਖਾ ਲਈ, ਨਾ ਮਿਲੀ ਨਾ ਸਹੀ। ਤੁਹਾਨੂੰ ਕੋਈ ਕੈਂਪ ਦਾ ਕੋਈ ਝੋਲਾ ਜਿਹਾ ਪੈਂਦਾ ਵੀ ਜਦੋਂ ਕੈਂਪ 'ਚ ਆਏ ਸੀਗੇ ਤੇ? ਕੋਈ ਨਹੀਂ, ਮੈਂ ਤਾਂ ਨਾਨਕਿਆਂ ਦੇ ਸੀਗਾ। ਅਸੀਂ ਨਾਨਕਿਆਂ ਦੇ ਸੀ। ਹਾਂ, ਉੱਥੇ ਬੰਦੇ ਤੁਹਾਡੇ ਕੋਈ ਕੋਈ ਫੌਤ ਤਾਂ ਨਹੀਂ ਹੋਇਆ ਕੈਂਪ 'ਚ? ਕੋਈ ਜ਼ਾਇਆ ਤਾਂ ਨਹੀਂ ਹੋਏ ਕਿੱਦਾਂ? ਨਹੀਂ, ਸਾਡਾ ਬੰਦਾ ਕੋਈ ਨਹੀਂ, ਮੇਰੀ ਨਾਨੀ ਫੌਤ ਹੋਈ ਕੈਂਪ 'ਚ, ਫੌਤ ਹੋਈ। ਉਹ ਫਿਰ ਤੁਸੀਂ ਅੱਛਾ ਨਾਨਕਿਆਂ ਘੁੱਸ ਗਏ? ਹਾਂਜੀ। ਨਾਨਕਿਆਂ ਦੇ ਪਿੰਡ 'ਚ ਦੱਸਿਓ ਉੱਥੇ ਕੀ ਹਾਲਾਤ ਸੀਗੇ? ਨਾਨਕਿਆਂ ਦੇ ਪਿੰਡ 'ਚ ਬਹੁਤ ਚੰਗਾ ਹਾਲਾਤ ਸੀ, ਸਾਰਾ ਪਿੰਡ ਗੁਜਰਾਂ ਦਾ ਸੀ। ਕਿਹੜਾ ਪਿੰਡ ਸੀ ਇਹ? ਗੁਜਰਾਤਾਂ। ਗੁਜਰਾਤਾਂ? ਹਾਂਜੀ। ਇਹ ਤਾਂ ਜਲੰਧਰ 'ਚ ਸੀ? ਜਲੰਧਰ। ਹਾਂ, ਇਹ ਜਲੰਧਰ 'ਚ ਸੀ ਗੁਜਰਾਤਾਂ, ਮਸ਼ਹੂਰ ਪਿੰਡ ਆ ਗੁਜਰਾਂ ਦਾ, ਖਿੱਚੀਪੁਰ ਗੁਜਰਾਤਾਂ। ਹੋਰ ਵੀ ਇੱਕ ਦੋ ਪਿੰਡ ਮੈਨੂੰ ਯਾਦ ਸੀਗੇ। ਇਹ ਜਿਹੜੇ ਪਿੰਡ ਸੀਗੇ ਮੈਨੂੰ ਇੰਨਾ ਕੁ ਪਤਾ ਸੁਣਿਆ ਆ, ਦਮੇਲੀ ਦੇ ਸਾਧ ਹੁੰਦੇ ਸੀਗੇ। ਦਮੇਲੀ ਦੇ ਸਾਧ ਸੀ, ਬਿਲਕੁਲ। ਉਹ ਆਪ ਛੱਡ ਕੇ ਗਏ ਸੀ, ਉਹਨਾਂ ਨੇ ਬੜੀ ਸੇਵਾ ਕੀਤੀ ਹੈ ਜੀ, ਮੈਨੂੰ ਪਤਾ ਲੱਗਿਆ। ਇਹ ਫਤਿਹਪੁਰ ਹੈ ਆਪਣੇ ਫਰਮਾਨ ਆੜਤੀ ਹੁਣਾਂ 'ਚੋਂ ਇੱਕ ਬਾਬਾ ਅਸਗਰ, ਉਹ ਫੌਜੀ ਰਿਟਾਇਰ ਹੈ ਨਾ ਜੀ, ਆਇਆ ਇਹ ਕੱਖ ਵੀ। ਉਹਨਾਂ ਦੀ ਵੀ ਮੈਂ ਗੱਲਬਾਤ ਕੀਤੀ, ਉਹਨਾਂ ਨੇ ਦਮੇਲੀ ਵਾਲੇ ਜਿਹੜੇ ਸਾਧ ਸੀ ਨਾ ਜੀ, ਉਹਨਾਂ ਦਾ ਬੜਾ ਜ਼ਿਕਰ ਕੀਤਾ ਵੀ ਬਹੁਤ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ। ਬਿਲਕੁਲ ਜੀ, ਬਿਲਕੁਲ, ਆਪ ਛੱਡ ਕੇ ਗਏ ਆ, ਕੋਈ ਲਾਗੇ ਨਹੀਂ ਆਉਣ ਦਿੱਤਾ। ਵਾਹ ਵਾਹ ਵਾਹ, ਬਈ ਇੱਦਾਂ ਦੇ ਬੰਦੇ ਦੇਖੋ ਫਿਰ ਯਾਦ ਰਹਿੰਦੇ ਹੈ। ਬਿਲਕੁਲ। ਅੱਛਾ, ਤੁਹਾਡੇ ਨਾਨਕਿਆਂ ਦਾ ਪਿੰਡ ਸੀਗਾ ਗੁਜਰਾਤਾਂ? ਹਾਂਜੀ। ਤੇ ਉਸ ਪਿੰਡ ਦੇ ਮੁਸਲਮਾਨ ਗੁਜਰ ਹੀ ਸੀ ਸਾਰੇ? ਹੈ, ਸਾਰੇ ਗੁਜਰ, ਮੁਸਲਮਾਨ ਗੁਜਰ। ਹਾਂਜੀ, ਠੀਕ ਹੈ ਠੀਕ ਹੈ।
ਠੀਕ ਇੱਕੋ ਘਰ ਪਖੀਦਾ ਦਾ ਸਕਾ ਜਿਹੜੇ ਧੂੰਆਂ ਧਾਂ ਪਾਉਂਦੇ ਹੁੰਦੇ ਸੀ ਉਹ ਸੀਗੇ ਠੀਕ ਹੈ ਅੱਛਾ ਹੁਣ ਇਹ ਦੱਸਿਓ ਇੱਕ ਗੱਲ ਵੀ ਜਿਹੜੇ ਕਾਲੇ ਆਲ ਵਾਲੇ ਲੋਕ ਹੈ ਕਿੱਥੇ ਕਿੱਥੇ ਬੈਠੇ ਆ ਕੇ ਕੋਈ ਇਹ ਤਾਂ ਪਤਾ ਹੋਣਾ ਤੁਹਾਨੂੰ ਜ਼ਿਆਦਾ ਕਿੱਥੇ ਬੈਠੇ ਕੋਈ ਸਰਗੋਧੇ ਬੈਠੇ ਆ ਅੱਛਾ ਕੋਈ ਸਮੁੰਦਰੀ ਬੈਠੇ ਆ ਸਮੁੰਦਰੀ ਤੁਹਾਡੇ ਪਿੰਡ ਰਸਿਆਣੇ ਰਸਿਆਣੇ ਤੁਸੀਂ ਆ ਕੇ ਫਿਰ ਰਸਿਆਣੇ ਬੈਠੇ ਹਾਂ ਛੋਟਾ ਰਸਿਆਣਾ ਛੋਟਾ 138 138 ਗਾਫਬੇ ਹਾਂਜੀ ਠੀਕ ਹੈ ਪਹਿਲੇ ਆਉਂਦਾ ਫਿਰ ਬੜਾ ਰਸਿਆਣਾ ਆਉਂਦਾ ਠੀਕ ਹੈ ਠੀਕ ਸਮੁੰਦਰੀ ਗੋਜਰੇ ਰੋਡ ਤੇ ਜੀ ਹਾਂ ਜੀ ਹਾਂ ਅੱਛਾ ਉੱਥੇ ਬੈਠੇ ਆ ਹੋਰ ਕਿੱਥੇ ਬੈਠੇ ਆ ਸਰਗੋਧੇ ਹਾਂ ਇੱਕ ਦੋ ਘਰ ਆਪਣੇ 69 ਚ ਵੀ ਬੈਠੇ 69 ਸਮੁੰਦਰੀ ਕੋ 269 269 ਗਾਫਬੇ ਅੱਛਾ ਜਿਹੜੇ ਬੈਠੇ ਸਰਗੋਧੇ ਉਹ ਕਿਹੜੇ ਚੱਕ ਚ ਬੈਠੇ ਉਹ ਹੈਗੇ ਆ ਮਲਕਾਂ ਵਾਲਾ ਜਨੂਬੀ ਚੱਕ ਮਲਕਾਂ ਵਾਲ ਹਾਂਜੀ ਜਨੂਬੀ ਆ ਕੋਈ ਚੱਕ ਨੰਬਰ ਦਾ ਨਹੀਂ ਯਾਦ ਅੱਛਾ ਤੁਸੀਂ ਫਿਰ ਆ ਗਏ ਲਈਏ ਆ ਗਏ ਤੁਸੀਂ ਗੱਲ ਬਣਾਏ ਆ ਕੋਈ 91-92 ਚ ਆਏ ਇੱਥੇ ਨਹੀਂ ਬਾਅਦ 'ਚ ਆਏ ਦੇਰ ਨਾ ਆਏ ਲਈਏ ਆ ਗਏ ਫਿਰ ਹੈਂ ਸਿਆਣੇ ਨਾਲ ਹਜੇ ਵੀ ਤੁਹਾਡਾ ਰਾਬਤੇ ਹੈਗੇ ਹੈ ਰਿਸ਼ਤੇਦਾਰ ਉੱਥੇ ਬੈਠੇ ਸ਼ਰੀਕਾ ਵੀ ਆ ਸ਼ਰੀਕਾ ਬੈਠਾ ਲਓ ਜੀ ਹੁਣ ਭੁੱਲੇਆਲ ਰਾਠਾਂ ਵਾਲੇ ਹਾਂਜੀ ਇਹਨਾਂ ਨੇ ਤਾਂ ਰਾਠਾਂ ਕਹਿ ਕਹਿ ਕੇ ਸਾਨੂੰ ਸਾਸੇ ਕਮਤਰੀ ਦਾ ਸ਼ਿਕਾਰ ਕਰ ਦਿੱਤਾ ਇਸ ਪਿੰਡ ਦੇ ਵਿੱਚ ਜਦੋਂ ਪਿੰਡ ਦਾ ਨਾਂ ਉਹਦਾ ਨਾਲ ਰਾਠ ਆ ਜਾਂਦਾ ਅਸੀਂ ਧੌਣ ਨੀਵੀ ਕਰਕੇ ਬਹਿ ਜਾਂਦੇ ਤੇ ਜਦੋਂ ਬੰਦੇ ਰਾਠ ਹੈ ਤਾਂ ਅਸੀਂ ਕੀ ਹੋਏ ਜੀ ਫਿਰ ਅੱਧਾ ਤਾਂ ਅਸੀਂ ਉੱਦਾਂ ਹੀ ਰਹਿ ਜਾਂਦੇ ਹਾਂ ਇਹ ਐਵੇਂ ਕਰਦੇ ਆ ਇੱਥੇ ਮੰਨਦੇ ਹੀ ਨਹੀਂ ਵੀ ਜੱਟ ਦਾ ਪੱਟੀ ਦੀ ਇਹ ਆਮ ਤੌਰ ਤੇ ਨਹੀਂ ਸੀ ਪਤਾ ਕਿਉਂਕਿ ਥੋੜੇ ਤਾਦਾਦ ਚ ਆ ਜੱਟ ਪੱਟੀ ਫਿਰ ਮੈਨੂੰ ਤਾਂ ਬਹੁਤ ਪਾਸਿਓਂ ਜਿਹੜਾ ਨਾ ਇਹਦੇ ਕਹਿ ਦੋ ਸਬੂਤ ਮਿਲੇ ਕਈ ਕਈ ਜਗ੍ਹਾ ਤੋਂ ਇੰਡੀਆ ਤੋਂ ਵੀ ਮਿਲੇ ਵੀ ਜੱਟ ਪੱਟੀ ਹੈਗੇ ਪਹਿਲੇ ਸਾਨੂੰ ਵੀ ਸ਼ੱਕ ਸੀ ਜਦੋਂ ਅਸੀਂ ਆਏ ਅਸੀਂ ਰਜਪੂਤ ਪੱਟੀ ਸੁਣੇ ਸੀ ਡਿਸਕੋਟ ਬਹੁਤ ਸੀਗੇ ਅਸੀਂ ਕਿਹਾ ਯਾਰ ਸਿੱਖ ਦੇ ਬਾਬ ਹਾਂ ਇਹ ਦੱਸੋ ਮੈਨੂੰ ਇਹ ਬੰਦਾ ਕੌਣ ਆ ਇਹ ਆਪ ਕੌਣ ਆ ਮੈਂ ਹੀ ਹਾਂ ਇਹ ਉਮਰ ਰਸੂਲ ਮੋਹਟਾ ਜੱਟ ਹੈ ਗੁਜਰਾਤੀ ਲੇਕਿਨ ਉਹਦਾ ਦਾਦਾ ਜਿਹੜਾ ਨਾ ਜੋ ਹੈਦਰਾਬਾਦ ਸਿੰਧ ਚ ਜ਼ਮੀਨਾਂ ਲੈ ਲਈਆਂ ਸੀ ਉਹ ਸਿੰਧ ਚ ਪਲੇ ਬੜੇ ਉੱਥੇ ਹੀ ਰਹੇ ਤੇ ਉਹ ਇੰਜੀਨੀਅਰ ਹੈ ਮੁੰਡਾ ਹੁਣ ਉਹ ਲੰਡਨ ਰਹਿੰਦਾ ਇਹ ਉਹਨੇ ਕਿਹਾ ਹਾਂ ਤੁਸੀਂ ਉਹ ਪੁੱਛਿਆ ਉਹ ਤੁਹਾਨੂੰ ਦੱਸੂਗਾ ਵੀ ਤੁਹਾਨੂੰ ਕਾਲ ਵੀ ਕਰੂਗਾ ਉਹ ਬੜਾ ਤੁਹਾਡਾ ਕਹਿ ਲਓ ਉਹਨੇ ਇੰਟਰਵਿਊ ਸੁਣਿਆ ਨਾ ਜੀ ਅਤੇ ਉਹ ਬੜਾ ਉਹਦੇ ਫਿੰਗਰ ਟਿਪਸ 'ਤੇ ਆ ਜੱਟਾਂ ਦਾ ਸਾਰਾ ਗੋਤ ਕਬੀਲੇ ਕਿੱਥੇ ਕਿੱਥੇ ਬੈਠੇ ਤੁਸੀਂ ਕਿਸੇ ਦਾ ਪੁੱਛੋਗੇ ਨਾ ਵੀ ਆਹ ਗੋਤ ਵਾਲੇ ਕਿੱਥੇ ਬੈਠੇ ਆ ਉਹ ਸਾਰਾ ਇੰਡੀਆ 'ਚ ਤੁਹਾਨੂੰ ਦੱਸ ਦੂ ਵੀ ਕਿੱਥੇ ਕਿੱਥੇ ਬੈਠੇ ਮੈਂ ਤੁਹਾਡੀ ਗੱਲ ਵੀ ਕਰਾਵਾਂ ਕਿਸੇ ਦੇ ਅੱਛਾ ਤੁਸੀਂ ਫਿਰ ਐਡਾ ਸੋਹਣਾ ਪਿੰਡ ਭੁੱਲੇਆਲ ਰਾਠਾਂ ਤੁਹਾਡੇ ਬਜ਼ੁਰਗਾਂ ਦੇ ਕੀ ਜਿਹਨ 'ਚ ਆਈ ਵੀ ਉੱਥੋਂ ਉੱਠ ਕੇ ਬੀਕਾਨੇਰ ਨੂੰ ਤੁਰ ਪਏ ਇੱਦਾਂ ਹੀ ਗਏ ਨਾ ਆਏ ਬੀਕਾਨੇਰ 'ਚੋਂ ਆਏ ਨਹੀਂ ਮੈਂ ਮੇਰੀ ਅਰਜ਼ ਸੁਣੋ ਬੀਕਾਨੇਰ 'ਚੋਂ ਤਾਂ ਆਏ ਰਿਆਸਤ ਬਹਾਵਲਪੁਰ 'ਚ ਨਹੀਂ ਉੱਥੇ ਉਹ ਪਹਿਲੇ ਦੀਆਂ ਗੱਲਾਂ ਇਹ ਤਾਂ ਕਈ ਸਦੀਆਂ ਪਹਿਲੇ ਦੀਆਂ ਜਿਹੜੇ ਸਿੱਖ ਸੀ ਹਾਂ 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 ਉਹ ਆਏ ਉੱਥੇ ਅੱਛਾ ਉਹਨਾਂ ਤੋਂ ਅੱਗੇ ਮੁਸਲਮਾਨ ਹੋ ਕੇ ਚੱਲੇ ਇਹ ਗੱਲ ਠੀਕ ਹੈ ਜਿਹੜੇ ਪੱਟੀ ਕਹਿਣਾ ਨਹੀਂ ਇਹ ਰਾਜਸਥਾਨ ਦੇ ਵਿੱਚੋਂ ਹੀ ਪੱਟੀ ਗਏ ਹੈ ਜਿੱਧਰ ਨੂੰ ਵੀ ਗਏ ਹਾਂ ਇਹ ਸਾਡੇ ਜਿਹੜੇ ਪਿੰਡੀ ਪੱਟੀਆਂ ਵਾਲੇ ਲੋਕ ਇਹ ਵੀ ਕਹਿੰਦੇ ਅਸੀਂ ਉੱਧਰੋਂ ਹੀ ਆਏ ਲੇਕਿਨ ਉੱਥੋਂ ਤੁਸੀਂ ਆ ਗਏ ਕਿ 200-300 ਸਾਲ ਜਾਂ 400 ਸਾਲ ਪਹਿਲੇ ਹਾਂਜੀ 22 ਸਾਲ 'ਚ ਆਏ ਅਸੀਂ ਬਾਬਲਪੁਰ ਫਿਰ ਤੁਸੀਂ ਬੈਠੇ ਭੁੱਲੇਆਲ ਰਾਠਾਂ ਤੁਹਾਡੇ ਵੱਡੇ ਬਹੁਤ ਪਹਿਲੇ ਕਿਤੇ ਉੱਥੇ ਰਹੇ ਤੁਹਾਡੀ ਬੋਲੀ ਉੱਥੋਂ ਵਾਲੀ ਹੈ ਨਾ ਹੁਣ ਉੱਥੋਂ ਵਾਲੀ ਅਸੀਂ ਮੁਸਲਮਾਨ ਉਸ ਤੋਂ ਪਹਿਲੇ ਦੱਸਦਾ ਹੀ ਕੋਈ ਨਹੀਂ ਕਿੱਥੋਂ ਆਇਆ ਹਾਂ ਮੁਸਲਮਾਨ ਤਾਂ ਪਤਾ ਨਹੀਂ ਤੁਸੀਂ ਮੈਨੂੰ ਦੱਸ ਪਾਓਗੇ ਨਹੀਂ ਕੋਈ ਪਤਾ ਵੀ ਦੱਸ ਨਹੀਂ ਪਾਉਣਗੇ ਨਹੀਂ ਕੋਈ ਪਤਾ ਨਹੀਂ ਹਾਂ ਇਹ ਨਹੀਂ ਕਿਸੇ ਦਾ ਪਤਾ ਪਿਛੋਕੜ ਦਾ ਬਹੁਤ ਸਾਰਾ ਨਹੀਂ ਪਤਾ ਗੱਲ ਸਹੀ ਹੈ ਇਹ ਵਤਨ ਜਿਹੜਾ ਭੱਟੀਆਂ ਦਾ ਇਹ ਕਹਿ ਲਓ ਵੀ ਰਾਜਸਥਾਨ ਦਾ ਕੋਈ ਬੀਕਾਨੇਰ ਜਾਂ ਅਰਧ ਗਿਰ ਦਾ ਇਲਾਕਾ ਪੰਜਾਬੀ ਲਫ਼ਜ਼ ਬੀਕਾਨੇਰ ਬੀਕਾਨੇਰ ਫਿਰ ਉਸ ਤੋਂ ਬਾਅਦ ਇਹ ਜਿੱਥੇ ਜਿੱਥੇ ਜਾ ਕੇ ਬੈਠੇ ਤੁਹਾਡੇ ਬਜ਼ੁਰਗ ਬਹਿ ਗਏ ਭੁੱਲੇਆਲ ਰਾਠਾਂ ਹੁਸ਼ਿਆਰਪੁਰ ਉੱਥੋਂ ਫਿਰ ਰਿਆਸਤ 'ਚ ਜ਼ਮੀਨਾਂ ਬਣਨ ਲੱਗੀਆਂ ਤਾਂ ਤੁਸੀਂ ਉੱਥੋਂ ਆ ਰਿਆਸਤ 'ਚ ਲੈ ਲਈਆਂ ਜ਼ਮੀਨਾਂ ਇੱਦਾਂ ਹੀ ਨਾ ਜੀ ਠੀਕ ਹੈ ਮੇਰੇ ਬਾਪ ਦਾਦੇ ਜਿਹੜੇ ਆ ਨਾ ਉਹ ਹੈਗੇ ਆ 4-6 ਭਰਾ ਠੀਕ ਹੈ ਤਿੰਨ ਉੱਥੇ ਰਹੇ ਤੇ ਤਿੰਨਾਂ ਨੇ ਇੱਥੇ ਆ ਕੇ ਬਾਬਲਪੁਰ ਲੈ ਲਈ ਜ਼ਮੀਨ ਅੱਛਾ ਤਿੰਨ ਉਹ ਪਾਰਟੀਸ਼ਨ ਦੇ ਟਾਈਮ ਉੱਥੇ ਹੀ ਸੀ ਉੱਥੇ ਹੀ ਸੀ ਜਿਹੜੇ ਉੱਥੇ ਸੀ ਉਹਨਾਂ ਦੇ ਤਿੰਨੇ ਮਹਾਜਰ ਅਸੀਂ ਤਿੰਨੇ ਮਹਾਜਰ ਨਹੀਂ ਉਹਨਾਂ ਤਿੰਨਾਂ ਦੇ ਨਾਂ ਦੱਸੋ ਜਿਹੜੇ ਉੱਥੇ ਸੀਗੇ ਉਹਨਾਂ ਦੇ ਨਾਂ ਹੈਗੇ ਆ ਇੱਕ ਦਾ ਨਾਂ ਸੀ ਸੰਧੀ ਇੱਕ ਦਾ ਨਾਂ ਸੀ ਉਮਰ ਦੇਨ ਹਾਂ ਤੇ ਇੱਕ ਦਾ ਨਾਂ ਸੀ ਮਾਮ ਦੇਨ ਤਿੰਨ ਜਿਹੜੇ ਭਰਾ ਸੀ ਜਿਹੜੇ ਉੱਥੇ ਤੁਹਾਡੇ ਦਾਦੇ ਠੀਕ ਤਿੰਨ ਭਰਾ ਇੱਥੇ ਆ ਕੇ ਬੈਠੇ 47 ਮੁਰਾਦ
48 मुराद तहसील हसलपुर जिला बहावलपुर ये रियासत च आके आबाद हो गए। थोड़ा जंपड़ भी इतों का ही? बिल्कुल ठीक, बिल्कुल ठीक। अच्छा जेडे उत्थे सी वह दसो भी वह की दसते हैं भी उतो लोग अमन मान ना निकले फिर थोड़े दे ਸਾਡੇ ਪਿੰਡ ਚ ਕੋਈ ਨੁਕਸਾਨ ਨਹੀਂ ਹੋਇਆ। ਅੱਛਾ ਜੋ ਕੁਛ ਉਹ ਦੱਸਦੇ ਆ। ਹਾਂ ਹਾਂ ਬਲਕਿ ਸਾਰੇ ਬੰਦੇ ਆਏ। ਹਾਂ ਹਾਂ ਇੱਕ ਨਾਲ ਸੀ ਖਾਟੀ ਪਿੰਡ, ਖਾਟੀ ਹੈਗਾ ਸੀ ਬਿਲਕੁਲ, ਉੱਥੋਂ ਦਾ ਬੰਦਾ ਬਚਿਆ ਕੋਈ ਨੀ, ਬਚਿਆ ਨੀ। ਉੱਥੋਂ ਦੀ ਇੱਕ ਔਰਤ ਵੀ ਸੀ ਰਹੀਮ ਬੀਬੀ, ਉਹ ਖਾਟੀ ਵਾਲਿਆਂ ਦੀ ਧੀ ਸੀ ਨਾ ਜਿਹੜੀ ਰਹਿ ਗਈ ਸੀ ਉੱਧਰ। ਚਾਚਾ ਮੇਜਰ ਗੱਲ ਸੁਣਾਉਂਦਾ, ਆ ਸ਼ੋਰਕੋਟ ਰਹੀ ਆ ਕੇ ਖਾਟੀ ਵਾਲਿਆਂ ਦੀ, ਹੁਣ ਆਈ ਬਾਅਦ ਚ ਆਈ, ਚਾਰ ਬੱਚੇ ਜੰਮ ਕੇ ਆਏ। ਚਾ ਹਾਂ ਬੱਚੇ ਉਹਦੇ ਉੱਥੇ ਹੀ ਆ, ਉਹ ਖਰੇ ਕਿੱਥੇ ਆਏ ਦਾ ਕੋਈ ਅੱਲਾ ਜਾਣੇ ਪਤਾ ਲੱਗੂਗਾ ਹੀ, ਕਦੀ ਆਪ ਉਹ ਨਹੀਂ ਦੱਸ ਸਕੀ ਮੇਰਾ ਖਿਆਲ ਹੈ। ਮੈਂ ਚਾਚਾ ਜੀ ਨਾਲ ਉਹਦੀ ਗੱਲ ਕਰਾਉਂਦਾ, ਇੱਕ ਦਫ਼ਾ ਕੀਤੀ ਇਹਨਾਂ ਨੇ ਉਦੋਂ ਹਜੇ ਉਹ ਠੀਕ ਸੀ ਸੁਰਤ 'ਚ, ਤਾਂ ਇਹਨਾਂ ਨੇ ਉਹ ਗੱਲ ਹਜੇ ਨਹੀਂ ਕੀਤੀ ਵੀ ਮੈਂ ਠਹਿਰ ਕੇ ਕਰੂੰਗਾ ਉਹਦੇ ਨਾਲ, ਉਹ ਫਿਰ ਫੌਤ ਹੋ ਗਈ। ਗਾਂ ਬੱਚਿਆਂ ਨਾਲ ਕੌਣ ਕਰੇ ਤੇ ਕੌਣ ਨਹੀਂ ਹੁਣ ਉਹਦੇ। ਅੱਛਾ ਉਹ ਖਾਟੀ 'ਚ ਹੀ ਦੱਸਦੇ ਵੀ ਗਾਲਬਨ ਖਾਟੀ 'ਚ ਹੀ ਰਹੀ ਆ ਰਹੀਮ ਬੀਬੀ, ਉੱਥੋਂ ਬੰਦਾ ਕੋਈ ਨਹੀਂ ਬਚਿਆ। ਦੋ ਕੁ ਸਾਲ ਬਾਅਦ ਕਿੰਨੇ ਸਾਲ ਬਾਅਦ ਫਿਰ ਲਿਆਂਦੀ ਉਹ? ਬਹੁਤ ਥੋੜੇ ਬੰਦੇ ਆਏ ਉੱਥੋਂ ਖਾਟੀ ਵਾਲੇ, ਯਾਨੀ ਕਤਲੇਆਮ ਹੋ ਗਿਆ, ਕਤਲੇਆਮ ਔਰ ਬੜੇ ਹਿਸਾਬ ਨਾਲ ਕਤਲ ਕੀਤੇ ਆ ਲੋਕ। ਅੱਛਾ ਅੱਛਾ, ਪਹਿਲਾਂ ਇਹਨਾਂ ਨੂੰ ਕਹਿੰਦੇ ਰਹੇ ਵੀ ਤੁਸੀਂ ਇਕੱਠੇ ਹੋ ਜਾਓ ਇੱਕ ਥਾਂ। ਹਾਂ ਹਾਂ ਖਾਟੀ ਵਾਲਿਆਂ ਨੂੰ। ਹਾਂ ਮੇਰੀ ਮਾਸੀ ਆ ਖਾਟੀ ਦੀ। ਤੁਹਾਡੀ ਮਾਸੀ ਖਾਟੀ ਦੀ? ਮੇਰੀ ਮਾਸੀ ਆਈ ਤਾਂ ਉਹ ਖਾਟੀ ਦੀ ਆ। ਉਹ ਇਕੱਲੀ ਜਾਨ ਉਹਦੀ ਬਚੀ, ਉਹਦਾ ਅੱਗਾ ਪਿੱਛਾ ਕੋਈ ਵੀ ਨਹੀਂ ਬਚਣ ਦਿੰਦੇ, ਇਕੱਲੀ ਬਚ ਕੇ ਇੱਥੇ। ਤੁਹਾਡੀ ਮਾਸੀ ਦਾ ਕੀ ਨਾਂ ਸੀ? ਪੁੱਲੀ। ਉਹ ਆ ਗਈ ਬਚ ਕੇ? ਅੱਛਾ ਅੱਛਾ, ਉਹ ਇਕੱਲੀ ਆਈ ਬੇਚਾਰੀ ਇੱਥੇ ਬਚ ਕੇ, ਜਿੱਦਾਂ ਵੀ ਆ ਗਈ। ਬਾਕੀ ਉਸ ਪਿੰਡ 'ਚ ਜਿਹੜਾ ਹੋਰ ਵੀ ਗੁਆਂਢੋਂ ਆਇਆ ਸੀ ਨਾ, ਜਿੱਦਾਂ ਇਹ ਦੱਸਦੇ ਆ ਮਾਲਪੁਰ ਇਹ ਕਾਲੇਆਲ, ਕਾਲੇਆਲ ਸਾਥੋਂ ਦੂਰ ਨੀ, ਕਾਲੇਆਲ ਦਾ ਬੰਦਾ ਰਮਜ਼ਾਨ ਨੀ ਆ। ਹਾਂ ਰਮਜ਼ਾਨ ਕਿਹੜਾ? ਟਰੱਕਾਂ ਵਾਲੇ ਖਾ ਲਓ ਅਫਜ਼ਲ। ਦੇਖੋ ਤਕਦੀਰ ਕਿਹੜੀ ਚੀਜ਼ ਹੈ, ਬੰਦੇ ਕਿੱਥੋਂ ਦੇ ਕਿੱਥੇ ਘੁੰਮ ਘੁੰਮ ਕੇ ਆ ਕੇ ਕਿੱਥੇ ਇਕੱਠੇ ਹੁੰਦੇ। ਲਓ ਜੀ ਇੱਕੋ ਪਿੰਡ 'ਚ ਬੈਠੇ ਆ, ਉਹ ਨੌਜਵਾਨ ਕੌਂਸਲਰ ਹੈ ਸਾਡਾ, ਤੇ ਉਹਦੇ ਵਾਲਦ ਸਾਹਿਬ ਦੱਸਦੇ ਉਹ ਬੜੇ ਅੱਛੇ ਬੰਦੇ ਆ। ਉਹ ਦੱਸਦੇ ਆ ਵੀ ਉਹ ਵੀ ਇਸੇ ਹੀ ਪਿੰਡ ਦੇ, ਇਹਨਾਂ ਦੇ ਕਾਲੇਆਲ ਪਿੰਡ ਦੇ, ਅੱਛਾ ਉਹ ਸਦੀਕ ਸਾਹਿਬ ਦੇ ਪਿੰਡ ਦੇ, ਤੇ ਅੱਜ ਪਤਾ ਲੱਗਣ ਡਿਆ। ਵਾਹ ਵਾਹ ਵਾਹ। ਅੱਛਾ ਇਹਨਾਂ ਦਾ ਸਾਡਾ ਥਾਣਾ ਵੀ ਇੱਕ ਹੀ ਆ। ਅੱਛਾ ਮਾਲਪੁਰੀ ਥਾਣਾ ਸਾਡਾ, ਮਾਲਪੁਰੀ ਇਹਨਾਂ ਦਾ, ਮਾਲਪੁਰ ਥਾਣਾ ਬੜਾ ਮਸ਼ਹੂਰ ਹੈ ਇਹ। ਰੇਲਵੇ ਸਾਡੇ ਗੜ੍ਹ ਸ਼ੰਕਰ ਇਹਨਾਂ ਦੀ ਵੀ ਗੜ੍ਹ। ਹਾਂ ਹਾਂ ਹਾਂ, ਉਹ ਜਲੰਧਰ ਵਾਲਾ ਪਾਸਾ ਜਿਹੜਾ ਨਾ, ਉਹ ਇਸ ਤੋਂ ਅੱਗੇ ਸ਼ੁਰੂ ਹੁੰਦਾ, ਤੇ ਮੈਂ ਸਭ ਕੁਝ ਦੇਖਿਆ ਕਾਗਜ਼ਾਂ 'ਚੋਂ। ਤੁਸੀਂ ਕਾਗਜ਼ਾਂ 'ਚ ਦੇਖ? ਮੈਨੂੰ ਉਦਾਂ ਨੀ ਪਤਾ ਲੱਗਦਾ ਸੀ, ਮੈਂ ਕਾਗਜ਼ਾਂ 'ਚੋਂ ਪੜਿਆ ਸਾਰਾ। ਠੀਕ ਠੀਕ। ਤੇ ਆਹ ਜਿਹੜਾ ਜੱਟ ਜੁੱਟ ਆ ਨਾ, ਸਿੱਖਾਂ ਤੋਂ ਜੱਟ ਭੱਠੀ, ਇਹਦੇ ਪਿੱਛੇ ਮੈਨੂੰ ਪੈਣਾ ਪਿਆ ਤਾਂ ਮੈਨੂੰ ਵੀ ਲੱਭਾ। ਕਿੱਦਾਂ ਹੋਇਆ ਜੀ ਫਿਰ ਦੱਸੋ? ਚਲੋ ਉਹ ਇੱਕ ਐਵੇਂ ਮਜ਼ਾਕ ਨਾਲ ਹਿੱਟ ਹੋਈ ਸੀ। ਹਾਂ ਫਿਰ ਮੈਂ ਕਿਧਰ ਕੁਦਰਤੀ ਸੁਬਹਾ ਸੁਬਹਾ ਚਾਰ ਵਜੇ ਉੱਠਿਆ। ਹਾਂ ਤੇ ਮੈਂ ਖੋਲਿਆ ਰੇਡੀਓ। ਅੱਛਾ ਉਹ ਹੈ ਸੀ ਇੰਡੀਆ ਲਗਾਇਆ। ਅੱਛਾ ਤੇ ਉਹਨੇ ਕਿਹਾ ਫਲਾਨਾ ਸਿੰਘ ਭੱਠੀ। ਹਾਂ ਮੈਂ ਉੱਥੇ ਬਹਿ ਗਿਆ। ਹਾਂ ਤੁਸੀਂ ਕਿਹਾ ਵੀ ਆਪਣੇ ਲੱਭ ਗਏ? ਮੈਂ ਕਿਹਾ ਵੀ ਇਸ 'ਚ ਮੈਂ ਹੁਣ ਪਤਾ ਕਰਦਾ ਵੀ ਇਹ ਭੱਠੀ ਸਿੰਘ ਕਿੱਥੋਂ ਆਇਆ। ਹਾਂ ਉਹ ਅੱਲਾ ਲੋ ਉਹਨਾਂ ਨੇ ਕਹਾਣੀ ਵੀ ਇਹੋ ਜਿਹੀ ਬਣਾਈ। ਹੈ ਡਰਾਮਾ ਸੀ। ਅੱਛਾ ਜਿੱਦਾਂ ਫਿਰ ਪੰਜਾਬੀ ਇਹ ਲੋਕ ਕਰਦੇ ਆ, ਸਾਡੇ ਨਾਲੋਂ ਬਹੁਤ ਸਾਰਾ ਕੰਮ ਕਰਦੇ। ਉਹਨੇ ਫਿਰ ਇਹ ਸਾਰਾ ਦੱਸਿਆ। ਹਾਂ ਜੀ ਸੰਧੂ ਫਲਾਨੇ ਥਾਂ ਸੀ ਜੀ, ਤੇ ਫੜੈਚ ਫਲਾਨੇ ਥਾਂ ਸੀ ਜੀ, ਤੇ ਪੱਟੀ ਫਲਾਨੇ ਥਾਂ ਸੀ ਜੀ, ਭੁੱਲੇਵਾਲ ਉਹਨੇ ਕਿਹਾ ਜੀ ਭੁੱਲੇਵਾਲ ਭੁੱਲੇਵਾਲ ਕਿਹੜਾ ਭੁੱਲੇਵਾਲ? ਭੁੱਲੇਵਾਲ ਇੱਕ ਗੁਜਰਾਂ ਦਾ ਭੁੱਲੇਵਾਲ ਆ ਤੇ ਇੱਕ ਰਾਠਾਂ ਦਾ ਭੁੱਲੇਵਾਲ। ਫਿਰ ਮੈਨੂੰ ਪਤਾ ਲੱਗਾ ਵੀ ਕਿੱਥੋਂ ਲੱਭਣਾ। ਫਿਰ ਮੈਂ ਕਾਗਜ਼ ਦੇ ਕੇ ਫਿਰ ਉੱਥੇ ਲਿਖਿਆ ਸੀ ਭੁੱਲੇਵਾਲ ਰਾਠਾ। ਜੇ ਰਾਠਾ ਨਾ ਕਹੀਏ ਨਾ ਫਿਰ ਅਸੀਂ ਭੁੱਲੇਵਾਲ ਦੇ, ਇਹਨਾਂ ਦੇ ਸਾਡੇ ਪਿੰਡ 'ਚ ਫਰਕ ਨੀ ਪੈਂਦਾ, ਫਰਕ ਨਹੀਂ ਪੈਂਦਾ, ਨਾਲੇ ਸਾਡੇ ਵਰਗੇ ਡਰਦੇ ਨੀ। ਫਿਰ ਮੈਂ ਕਿਹਾ ਹੁਣ ਇਹਦਾ ਕੀ ਕਰਾਂ ਮੈਂ ਨੰਬਰ ਦਾ। ਉਹਨਾਂ ਦਾ ਪਤਾ ਕਿ ਮੈਂ ਦੂਸਰੇ ਤੀਸਰੇ ਦਿਨ ਗਿਆ ਆਪਣਾ ਕਲੇਮ ਲੈਣ। ਜਫਰ ਹੁਣੀ ਭੁੱਲਿਆ, ਫਿਰ ਮੈਂ ਗਿਆ ਕਲੇਮ ਲੈਣ। ਜਫਰ ਹੁਣੀ ਭੁੱਲਿਆ ਵਾਲਾ ਕਲੇਮ ਜਦੋਂ ਲਿਆ ਉਹਨੇ ਬਿਲਕੁਲ ਇੱਦਾਂ ਹੀ ਕਰਕੇ ਲਿਖਿਆ ਸੀ, ਤਹਿਸੀਲ ਗੜ੍ਹ ਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਮਾਹਲਪੁਰ ਤੇ ਚੱਕ ਨੰਬਰ 229 ਭੁੱਲੇਵਾਲ ਰਾਠਾ। ਇਹ ਮੇਰਾ ਕਲੇਮ ਸੀ। 229 ਕਿੱਥੇ ਆ ਫਿਰ? ਇਹ ਇੱਧਰ ਵੀ ਹੋਣਾ ਕਿਤੇ, ਉਹ ਚੱਕ ਉਹਨਾਂ ਦੇ ਨਾਲ ਚੱਕ ਨੰਬਰ ਨਹੀਂ ਹੈ। ਇਹਦੇ ਹੈਗਾ ਚਟਿਆਣਾ ਸਟੇਸ਼ਨ 317 ਚੱਕ। ਹਾਂ ਉਹ ਭੁੱਲੇਵਾਲ, ਉਹ ਉਸ ਨਾਂ ਤੇ ਭੁੱਲੇਵਾਲ ਫਿਰ ਲੋਕਾਂ ਨੇ ਰੱਖਿਆ ਉੱਥੇ। ਇਹਦਾ ਮਤਲਬ ਭੁੱਲੇਵਾਲ ਰਾਠਾਂ ਵਾਲੇ ਚਟਿਆਣੇ ਉਹ 329 'ਚ ਬੈਠੇ ਹੈ ਤੁਹਾਡੇ ਪਿੰਡ ਵਾਲੇ? ਸਹੀ ਹੈ। 229 ਆ ਉਹ, 229 229 ਉਹ ਚੱਕ ਭੁੱਲੇਵਾਲ ਜਿਹੜਾ ਨਾ ਉਹਦਾ ਨੰਬਰ 229 229
ਇੱਥੇ ਜਿਹੜੇ ਅਸਲ ਭੋਲੇ ਵਾਲੀ ਜਿਹੜੇ ਆਏ ਨਾ ਬਜ਼ੁਰਗ ਸਾਡੇ, ਉਹਨਾਂ ਚੋਂ ਵੰਡੇ ਗਏ, ਇੱਥੇ ਵੀ ਰਹੇ ਤਾਂ ਉੱਥੇ ਵੀ ਗਏ, ਬਾਬਲਪੁਰ ਵੀ। ਅੱਛਾ, ਇਹਨੇ ਜਿਹੜਾ 17 ਚ ਭੋਲੇ ਵਾਲ ਬਣਿਆ ਇਹਦੇ ਵਿੱਚ ਉਹਨੇ ਆ ਕੇ ਲਏ ਆ 5 ਰੁਪਏ। ਅੱਛਾ, ਇਕੱਲੇ ਨੇ 5 ਉਹਨੇ ਇੱਥੇ ਲਏ ਆ, 4 ਉਹਨੂੰ ਉੱਥੇ ਲਏ ਆ ਸਾਡੇ ਬਜ਼ੁਰਗਾਂ ਨਾਲ। ਠੀਕ ਠੀਕ। ਉਹ ਇਹ ਇਕੱਲਾ ਸੀ ਇੱਥੇ, ਉਦੋਂ ਇਕੱਲੇ ਦਾ 4 ਸੀ, ਮੁੜ ਕੇ ਹੋਰ ਆ ਗਏ, ਹੋਰ ਆ ਗਿਆ, ਹੋਰ ਆ ਗਿਆ, ਉਹਨੇ ਭੋਲੇ ਵਾਲ ਹੀ ਬਣ ਗਿਆ। ਠੀਕ। ਹੁਣ ਵੀ ਤੁਸੀਂ ਕਿਤੋਂ ਵੀ ਪੁੱਛਣਾ ਹੋਵੇ ਨਾ ਤੇ ਭੋਲੇ ਵਾਲ ਤੁਹਾਨੂੰ ਲੱਭਣਾ ਉੱਥੇ, ਫਿਰ ਤੁਸੀਂ 48 ਮੁਰਾਦ ਰਹੇ, ਬੜਾ ਚਿਰ ਤੁਹਾਡਾ ਜਵਾਨੀ ਉੱਥੇ ਹੰਡਾਈ। ਜੰਮਣ ਪੜ੍ਹਨ ਮੇਰਾ ਉੱਥੇ ਦਾ, ਮੈਂ ਉਸ ਵੇਲੇ ਚੰਗਾ ਪਹਿਲਾਂ ਸੀ ਜਦੋਂ 47 ਆਇਆ। ਉਦੋਂ ਦੱਸਿਓ ਵੀ ਉੱਥੇ 48 ਚ ਕੀ ਹੋਇਆ ਲੋਕਾਂ ਦੇ ਨਾਲ, ਜਿਹੜੇ ਹਿੰਦੂ ਸਿੱਖ ਸੀ। ਪਹਿਲੇ ਨੰਬਰ ਤੇ ਤਾਂ ਸਾਡੇ ਪਿੰਡ 'ਚ ਇੱਕੋ ਘਰ ਸੀ। ਅੱਛਾ, ਦੁਕਾਨਦਾਰ ਸੀ ਉਹ। ਅੱਛਾ, ਇੱਕ ਨੇ ਬਾਲ ਵੀ ਰੱਖੇ ਹੋਏ ਸੀ ਸਿੱਖ ਹੋਏਗਾ, ਤੇ ਇੱਕ ਮੋਨਾ ਹੁੰਦਾ ਸੀ ਉਹ ਹਿੰਦੂ ਹੋਏਗਾ। ਤੇ ਉਹਨਾਂ ਨੂੰ ਇਸ ਕਬੀਲੇ ਇੱਕ ਆ ਗਿਆ ਗੁਆਂਢੀ ਚੱਕ, 44 ਚੱਕ ਉਹਨੂੰ ਕਹਿੰਦੇ ਆ। ਉਹ ਆ ਗਿਆ ਜੀ, ਉਹਨੇ ਕਿਹਾ ਜੀ ਮਾਰ ਦੇਣੇ ਆ ਜੀ, ਕਤਲ ਕਰ ਦੇਣੇ ਆ, ਉਹ ਕਰ ਦੇਣੇ ਆ। ਗੁਆਂਢੀਆਂ 'ਚ ਕੋਈ ਬੰਦਾ ਉਹ ਜਿਹੜਾ ਇੱਕ ਘਰ ਸੀ ਹਿੰਦੂਆਂ ਦਾ ਇੱਕੋ ਹੀ ਸੀ। ਅੱਛਾ, ਤੇ ਉਹ ਜਿਹੜਾ ਨੰਬਰਦਾਰ ਸੀ ਨਾ, ਉਹ ਭਲਾ ਜਿਹਾ ਬੰਦਾ ਸੀ, ਵੱਢਣ ਤੋਂ ਡਰਦੇ ਸੀ। ਬੰਦਾ ਬੰਦਾ ਵੱਢ ਦੇਣਾ, ਵੱਢਣ ਹੋਣ ਤੋਂ ਲੈ ਲਾ ਉਹ ਆ ਕੇ ਪਰੇ ਕੀਤੀ। ਉਹਨੇ ਕਿਹਾ ਜੀ ਇਹ ਕਲਮਾ ਪੜ੍ਹੇ, ਹਾਲਾਂਕਿ ਹੁਣ ਪਤਾ ਲੱਗਦਾ ਪਿਆ ਵੀ ਕਲਮਾ ਜ਼ਬਰਦਸਤ ਸੀ ਤਾਂ ਪੜ੍ਹਾਇਆ ਨਹੀਂ ਜਾਂਦਾ। ਨਹੀਂ ਜਾਂਦਾ, ਉਹਨੂੰ ਪੜ੍ਹਾਇਆ। ਮੁਸਲਮਾਨ ਹੋ ਗਿਆ, ਰਾਤ ਉਹ ਨੰਬਰਦਾਰ ਨੂੰ ਕਿਹਾ ਵੀ ਮੈਨੂੰ ਛੱਡਿਆ, ਮੈਂ ਕੋਈ ਨੀ ਹੋਇਆ ਮੁਸਲਮਾਨ, ਅੰਦਰ ਹੋਇਆ, ਮੈਨੂੰ ਕਿਸੇ ਕੱਢ ਦੇ। ਉਹਨੇ ਫਿਰ ਰਾਤ ਦੇ ਬੰਦੇ ਦੇ ਕੇ ਕਢਾ ਦਿੱਤਾ। ਨੰਬਰਦਾਰ ਚੰਗਾ ਬੰਦਾ ਸਾਡੇ ਕੋਲ ਮਰਿਆ ਕੋਈ। ਨੰਬਰਦਾਰ ਦਾ ਕੀ ਨਾਂ ਸੀ? ਮੰਮਾ ਸੈਨ। ਇਹ ਕੌਣ ਸੀ? ਇਹ ਦੋਨੋਂ ਮੰਮਾ ਸੈਨ ਨੰਬਰਦਾਰ ਸੀ ਸਾਡੇ ਦੋ, ਇੱਕ ਸ਼ਿਆਲਕੋਟਿਆ ਸੀ, ਇੱਕ ਸਾਡੇ ਬਰਾਦਰੀ ਦਾ ਸੀ, ਤੁਹਾਡੇ ਚੋਂ ਸੀ, ਦੋਨਾਂ ਦਾ ਨਾਮ ਮੰਮਾ ਸੈਨ ਸੀ। ਠੀਕ। ਤੇ ਉਹ ਜਿਹੜਾ ਬੰਦਾ ਜਿਹੜਾ ਜਿਹਨੂੰ ਜ਼ਬਰਦਸਤੀ ਕਲਮਾ ਪੜ੍ਹਾਇਆ ਸੀ, ਉਹਦਾ ਨਾਂ ਦਾ ਕੋਈ ਪਤਾ? ਗੁਰਬਚਨ। ਗੁਰਬਚਨ ਉਹਦਾ ਨਾਂ ਸੀ ਜਿਹਨੂੰ ਜ਼ਬਰਦਸਤੀ ਕਲਮਾ ਪੜ੍ਹਾਇਆ, ਦਾੜੀ ਕੇਸ ਕੱਟੇ। ਉਹਦੀ ਦੁਕਾਨ ਸੀ ਪਿੰਡ 'ਚ? ਦੁਕਾਨ ਸੀ। ਅੱਛਾ ਅੱਛਾ, ਫਿਰ ਉਹ ਚਲਾ ਗਿਆ, ਫਿਰ ਆਪ ਛੱਡ ਕੇ ਆਏ ਹੋਣੇ ਜਰਾ ਉਹਨੂੰ ਗਾਈਡ ਕਰਕੇ? ਉਸ ਵੇਲੇ ਅਸੀਂ ਨਿਆਣਿਆਂ ਸੀ ਨਾ। ਹਾਂ, ਰਾਹ ਦੇ ਕੋਈ ਬੰਦੇ ਉਹਨੂੰ ਦਿੱਤੇ, ਉਹ ਹਾਸਲਪੁਰ ਛੱਡਿਆ, ਹਾਸਲਪੁਰ ਰੇਲ ਚੜ੍ਹੇ ਚਲ ਗਏ। ਅੱਛਾ, ਦੱਸਿਓ ਵੀ ਮੈਨੂੰ ਪਤਾ ਲੱਗਿਆ ਵੀ ਉਸ ਇਲਾਕੇ 'ਚ ਕੋਈ ਪਠਾਨ ਆ ਕੇ ਤੇ ਉਹ ਲੋਕਾਂ ਨੂੰ ਉਭਾਰਦੇ ਸੀ ਵੀ ਬੰਦਿਆਂ ਨੂੰ ਮਾਰੋ। ਪਠਾਨ? ਅੱਛਾ ਅੱਛਾ, ਮੇਜਰ ਨੇ ਮੈਨੂੰ ਦੱਸਿਆ ਕਿ ਪਠਾਨ ਫਿਰਦੇ ਸੀਗੇ ਤੇ ਉਹ